ਨਾ ਜੀ ਬਲਦੇਵ ਸਿੰਘ ਜੀਰਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅੱਜ ਅਸੀਂ ਫਤਿਹਗੜ੍ਹ ਚੂੜੀਆਂ ਇਲਾਕੇ ਦੇ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਦੇ ਵਿੱਚ ਨੌਜਵਾਨਾਂ ਦਾ ਇੱਕ ਬਹੁਤ ਭਾਰੀ ਇਕੱਠ ਕੀਤਾ ਵਾ ਜਿਹਦੇ ਵਿੱਚ ਸਾਡਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਵੱਡੀ ਗਿਣਤੀ 'ਚ ਦਿੱਲੀ ਮੋਰਚੇ ਨਾਲ ਜੋੜ ਕੇ ਹੌਸਲੇ ਨਾਲ ਸਾਡੇ ਵਿੱਚ ਆਏ ਆ ਅਸੀਂ ਉਹਨਾਂ ਨੂੰ ਹੋਰ ਸਿੱਖਿਅਤ ਕਰ ਸਕੀਏ ਹੋਰ ਸਮਝਾ ਕੇ ਇਹਨਾਂ ਨੂੰ ਪੱਕੇ ਤੌਰ 'ਤੇ ਸੰਘਰਸ਼ਾਂ ਵਿੱਚ ਤੋਰ ਸਕੀਏ ਕਿਉਂਕਿ ਹੁਣ ਤੱਕ ਜਿਹੜਾ ਵੀ ਵੋਟ ਪਾਰਟੀਆਂ ਨੇ ਸਾਡੇ ਨੌਜਵਾਨੀ ਦਾ ਬਹੁਤ ਵੱਡਾ ਘਾਣ ਕੀਤਾ ਵਾ ਸਾਡੇ ਮੁੰਡਿਆਂ ਤੋਂ ਸਾਡੇ ਸਿਰ ਪੜਵਾਏ ਆ ਸਾਡੇ ਮੁੰਡਿਆਂ ਨੂੰ ਨਸ਼ਿਆਂ 'ਚ ਧੱਕਿਆ ਵਾ ਸਾਡੇ ਮੁੰਡੇ ਬੇਰੁਜ਼ਗਾਰੀ ਦੀ ਮਾਰ ਥੱਲੇ ਵੀ ਆਏ ਆ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨੌਜਵਾਨਾਂ ਨੂੰ ਦੱਸੀਏ ਕਿ ਉਹਨਾਂ ਨੇ ਕਿੱਥੇ ਕਿੱਥੇ ਵਧੀਕੀਆਂ ਹੋਈਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨ ਆਗੂ ਸਫਾਂ 'ਚ ਆਉਣ ਜਿਹੜੀ ਪੰਜਾਬ ਦੀ ਕਿਸਾਨ ਲਹਿਰ ਦੀ ਬਾਂਹ ਫੜਨ ਪੰਜਾਬ ਦੀ ਕਿਸਾਨ ਲਹਿਰੀ ਦੇ ਜਿਹੜੇ ਮੁੱਖ ਚਿਹਰੇ ਬਣਨ ਸੋ ਇਹ ਕੋਸ਼ਿਸ਼ 'ਚ ਲੱਗੇ ਹੋਏ ਹਾਂ ਸੋ ਦਿੱਲੀ ਮੋਰਚੇ ਦੇ ਵਿੱਚ ਜਿੰਨਾ ਕਿ ਨੌਜਵਾਨਾਂ 'ਚ ਉਤਸ਼ਾਹ ਵਾ ਜਿੰਨਾ ਕੁ ਨਿੱਕੇ ਨਿੱਕੇ ਬੱਚਿਆਂ 'ਚ ਉਤਸ਼ਾਹ ਵਾ ਇਹ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਪੰਜਾਬ ਦਾ ਭਵਿੱਖ ਆ ਉਹ ਬਹੁਤ ਵਧੀਆ ਹੋਊਗਾ ਅਤੇ ਪੰਜਾਬ ਦੀ ਜਿਹੜੀ ਕਮਾਨ ਆ ਉਹ ਬਹੁਤ ਸੁਲਝੇ ਹੋਏ ਅਤੇ ਇਮਾਨਦਾਰ ਨੌਜਵਾਨਾਂ ਦੇ ਹੱਥ 'ਚ ਹੋਊਗੀ ਇਸ ਸਭ ਕਾਸੇ ਲਈ ਅੱਜ ਗੁਰਦਾਸਪੁਰ ਜ਼ਿਲ੍ਹੇ ਦਾ ਅਸੀਂ ਇਕੱਠ ਸੱਦਿਆ ਵਾ ਇਹਦੇ ਵਿੱਚੋਂ ਅਸੀਂ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੋਣ ਕਰਾਂਗੇ ਅਤੇ ਕਾਮਨਾ ਇਹੀ ਸੋਚਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਥੱਲੇ ਜਾ ਕੇ ਬਲਾਕਾਂ ਪੱਧਰੀਆਂ ਪਿੰਡ ਪੱਧਰੀਆਂ ਕਮੇਟੀਆਂ ਦੀ ਚੋਣ ਕਰਕੇ ਇਸ ਨੌਜਵਾਨ ਜਿਹੜਾ ਯੂਥ ਵਿੰਗ ਆ ਇਹਨੂੰ ਹੋਰ ਪੱਕੇ ਪੈਰੀ ਕਰਕੇ ਦਿੱਲੀ ਮੋਰਚੇ ਦੇ ਵਿੱਚ ਹਿੱਸਾ ਪਾਵਾਂਗੇ ਦੀ ਮੀਟਿੰਗ ਗੁਰਦਾਸਪੁਰ ਜ਼ਿਲ੍ਹੇ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਹੈ ਇਹ ਚੋਣ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਯੂਥ ਫਰੰਟ ਜਿਸ ਦਾ ਨਾਮ ਕ੍ਰਾਂਤੀਕਾਰੀ ਯੂਥ ਫਰੰਟ ਹੈ ਉਹਦੀ ਚੋਣ ਕੀਤੀ ਹੈ ਇਹ ਮੀਟਿੰਗਾਂ ਦਾ ਦੌਰ ਇਹ ਸਟਾਰਟਿੰਗ ਅਸੀਂ ਗੁਰਦਾਸਪੁਰ ਤੋਂ ਕਰ ਰਹੇ ਹਾਂ ਅਤੇ ਪਹਿਲੀ ਜ਼ਿਲ੍ਹਾ ਕਮੇਟੀ ਦੀ ਚੋਣ ਹੈ ਇਸ ਦਾ ਜਿਹੜਾ ਮਕਸਦ ਸੀ ਨੌਜਵਾਨਾਂ ਨੂੰ ਲਾਮਬੰਦ ਕਰਨਾ ਕਿਉਂਕਿ ਇੱਕ ਨੌਜਵਾਨਾਂ ਦੀ ਤਾਕਤ ਉਹਨਾਂ ਦਾ ਜੋਸ਼ ਕਿਉਂਕਿ ਇੱਕ ਨੌਜਵਾਨ ਵਿੱਚ ਸਿੱਖਣ ਦੀ ਸ਼ਕਤੀ ਅਤੇ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਇਸ ਲਈ ਅਸੀਂ ਨੌਜਵਾਨਾਂ ਨੂੰ ਪੰਜਾਬ ਭਰ ਵਿੱਚ ਇਸ ਤੋਂ ਬਾਅਦ ਪਟਿਆਲਾ ਦੀ ਮੀਟਿੰਗ ਉਸ ਤੋਂ ਬਾਅਦ ਬਠਿੰਡਾ ਅਤੇ ਮਾਨਸਾ ਦੀਆਂ ਕੰਟੀਨਿਊ ਮੀਟਿੰਗਾਂ ਕਰਕੇ ਅਸੀਂ ਨੌਜਵਾਨਾਂ ਨੂੰ ਲਾਮਬੰਦ ਕਰਕੇ ਉਹਨਾਂ ਦੀਆਂ ਜਥੇਬੰਦੀਆਂ ਬਣਾ ਰਹੇ ਹਾਂ ਇਸ ਕਮੇਟੀ ਦੀ ਚੋਣ ਵਿੱਚ ਜ਼ਿਲ੍ਹੇ ਪੱਧਰ 'ਤੇ 11 ਮੈਂਬਰੀ ਕਮੇਟੀ ਅਸੀਂ ਚੋਣ ਕਰ ਰਹੇ ਹਾਂ ਜਿਸ 'ਚ ਪ੍ਰਧਾਨ ਵਾਈਸ ਪ੍ਰਧਾਨ ਜਨਰਲ ਸਕੱਤਰ ਔਰ ਖਜ਼ਾਨਚੀ ਔਰ ਬਾਕੀ ਮੈਂਬਰਾਂ ਦੀ ਚੋਣ ਹੋਵੇਗੀ ਅੱਜ ਦੀ ਸਾਡੀ ਇਸ ਮੀਟਿੰਗ ਦਾ ਮੁੱਖ ਮਕਸਦ ਆ ਵੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਯੂਥ ਵਿੰਗ ਦੀ ਜਿਹੜੀ ਆ ਉਹ ਗਠਨ ਕਰਨਾ ਜ਼ਿਲ੍ਹਾ ਗੁਰਦਾਸਪੁਰ ਦਾ ਆਪਾਂ ਅੱਜ 11 ਮੈਂਬਰੀ ਟੀਮ ਚੁਣਨੀ ਆ ਇਹ ਟੀਮ ਚੁਣ ਕੇ ਆਪਾਂ ਪਿੰਡਾਂ ਦੇ ਵਿੱਚ ਬਲਾਕਾਂ 'ਚ ਮਤਲਬ ਬਲਾਕ ਕਮੇਟੀਆਂ ਬਣਾਉਣੀਆਂ ਮੁੜ ਕੇ ਪਿੰਡ ਕਮੇਟੀਆਂ ਬਣਾਉਣੀਆਂ ਇਹਦੇ ਪਿੱਛੇ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਮਕਸਦ ਹੈ ਉਹ ਇਹ ਆ ਵੀ ਅੱਜ ਤੱਕ ਨੌਜਵਾਨਾਂ ਨੂੰ ਇੱਥੋਂ ਦੀਆਂ ਸਰਕਾਰਾਂ ਨੇ ਇੱਥੋਂ ਦੀਆਂ ਵੱਖ ਵੱਖ ਪਾਰਟੀਆਂ ਨੇ ਕੋਈ ਰੁਜ਼ਗਾਰ ਨਹੀਂ ਦਿੱਤਾ ਉਲਟ ਸਗੋਂ ਇਹਨਾਂ ਨੂੰ ਨਸ਼ਿਆਂ 'ਚ ਲਾ ਕੇ ਇਹਨਾਂ ਦੀ ਸੋਚ ਖੁੰਡੀ ਕੀਤੀ ਆ ਅਸੀਂ ਉਪਰਾਲਾ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਵੀ ਯੂਥ ਜਿਹੜਾ ਆ ਉਹ ਸਿਆਣਾ ਹੋਵੇ ਉਹ ਸਮਾਜ ਨੂੰ ਸਮਝੇ ਉਸ ਇਸ ਰਾਜਨੀਤੀ ਨੂੰ ਸਮਝੇ ਅਤੇ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਰਾਜ ਸਥਾਪਿਤ ਕੀਤਾ ਜਾਵੇ ਜਿੱਥੇ ਸਾਰੇ ਲੋਕਾਂ ਦੀ ਭੁਗਤ ਜਿਹੜੀ ਆ ਉਹ ਹੋ ਸਕੇ ਹਾਂ ਅੱਜ ਦੀ ਜਿਹੜੀ ਮੀਟਿੰਗ ਹੈ ਜ਼ਿਲ੍ਹਾ ਪੱਧਰੀ ਮੀਟਿੰਗ ਹੈ